ਅਸੀਂ ਟੀਮ ਦੇ ਜਗਾਏ ਹੋਏ ਦੀਵੇ ਆ, ਹਜ਼ਾਰ ਲਾ ਕੇ ਜਾਵਾਂਗੇ। ਸਾਡਾ ਅੰਮ੍ਰਿਤ ਪਾਲ ਸਾਨੂੰ ਜਗਾ ਗਿਆ, ਫੇਰ ਬਾਹਰ ਆਊਗਾ। ਕਿੰਨਾ ਚਿਰ ਸਰਕਾਰਾਂ ਰੱਖ ਲੈਣੀਆਂ, ਲੱਖਾਂ ਆਉਣਗੇ। ਆਪਾਂ ਸੰਗਰੂਰ ਦੀ ਖੇਤੀ ਧਰਨੀ ਆ ਨਾ, ਭਗਵੰਤ ਮਾਨ ਜੀ ਹੱਥ ਖੜੇ ਕਰ ਦੋ, ਚੱਲਾ ਚੱਲਾ ਦਿੰਦਾ। ਫੇਰ ਹੱਲ ਹੋਣਾ ਨਹੀਂ ਆਈ ਹੋਈ ਤੈਨੂੰ, ਇੱਥੇ ਹਾ ਕਰ ਲਓ, ਇੱਥੇ ਹਾ ਕਰ ਲਓ। ਉਹ ਅੰਦਰ ਬੈਠਾ ਸੁਣੀ ਜਾਓ, ਹੋਰ ਪੱਕੇ ਪਾਏ ਜਾਓ, ਸਿੱਧੀ ਭਗਵੰਤ ਮਾਨ ਦੀ ਕੋਠੀ ਘੇਰੋ। ਪੂਰੀ ਟੀਮ ਨੂੰ ਬੇਨਤੀ ਕਰਦਾ ਕਿ ਉਹ ਇਸ ਗੱਲ ਤੇ ਗੌਰ ਕਰਨ, ਖਿਆਲ ਰੱਖਣ, ਬਿਨਾਂ ਸ਼ਰਤ ਭਗਵੰਤ ਮਾਨ ਦੀ ਕੋਠੀ ਦਾ ਘਰਾਹ ਕਰੋ। ਕਿਉਂ ਮੈਂ ਮੈਨੂੰ ਜਮਾਂ ਸੱਚ, ਕਿਸੇ ਦੇ ਗੋਡੇ ਵੱਜੇ, ਕਿਸੇ ਦੇ ਗਿੱਟੇ ਵੱਜੇ, ਮੈਂ ਕਿਸੇ ਤੋਂ ਕੁਛ ਨਹੀਂ ਲੈਣਾ। ਤਿੰਨ ਮਹੀਨੇ ਮੇਰੀ ਢੂਹੀ ਤੇ ਸਟੇਜ ਰਹੀ ਹੈ, ਮੈਂ ਅੰਦਰ ਸੀ, ਮੇਰੀ ਢੂਹੀ ਤੇ ਸਟੇਜ ਹੈ। ਅੱਜ ਆਪਾਂ ਮੇਰੀ ਢੂਹੀ ਤੇ ਸਟੇਜ ਹੈ। ਤੁਹਾਡੇ ਲੋਕਾਂ ਦਾ ਪਿਆਰ ਹੈ, ਮੇਰੇ ਨਾਲ ਵੀ ਬਹੁਤ ਸੀ। ਤੁਹਾਡੇ ਦਿਲਾਂ ਚ ਕੀ ਆ ਮੈਂ ਦੱਸੂ, ਮੇਰੇ ਦਿਲ ਚ ਕੀ ਸੀ ਮੈਂ ਦੱਸੂ। ਗੱਲ ਕਰ ਪਹਿਲਾਂ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਾਂ, ਆਪਣੇ ਪੰਜਾਬ ਦੇ ਮੱਥੇ ਤੋਂ ਕਲੰਕ ਪੂੰਝਣਾ ਮਹਾਨ ਸੂਰਮਾ। ਆਪਾਂ ਝੋਟਾ ਝੋਟਾ ਕੀ ਝੋਟਾ, ਇੱਕ ਪਸ਼ੂ ਭਾਨਾ। ਚਲੋ ਹੁਣ ਮੈਂ ਤੁਹਾਨੂੰ ਯਾਦ ਕਰਾਉਣਾ, ਮੈਂ ਆਪਣੇ ਮੱਥੇ ਤੋਂ ਕਲੰਕ ਪੂੰਝਣਾ। ਆਇਆ ਬਾਕੀ ਲੋਕਾਂ ਸਰਦਾਰ ਜਗਤਾਰ ਸਿੰਘ ਹਵਾਲਾ, ਇਹ ਬਾਪੂ ਦੀ ਸਾਡੇ ਵਿੱਚ ਬੈਠਿਆ ਕਿਸੇ ਨਾਲ ਲਿਆ। ਆ ਬਾਪੂ ਖੜਾ ਹੋ ਗਿਆ, ਸਾਡੀ ਤਰਾਸ ਵੀ ਹੈ, ਅਸੀਂ ਆਪਦੇ ਹੀਰਿਆਂ ਨੂੰ ਭੁੱਲ ਜਾਂਦੇ ਹਾਂ। ਕੋਈ ਨਵਾਂ ਆਉਂਦਾ ਮੇਰੇ ਵਰਗਾ ਝੋਟਾ, ਕੋਈ ਹੋਰ ਆਉਂਦਾ ਫਲਾਨਾ ਇਮਕਾ ਟਿਮਕਾ, ਅਸੀਂ ਆਪਦੇ ਪੁਰਾਣੇ ਯੋਧਿਆਂ ਨੂੰ ਭੁੱਲ ਜਾਂਦੇ। ਮੈਂ ਤਿੰਨ ਮਹੀਨੇ ਦਾ ਰਿਹਾ, ਤੁਹਾਡੇ ਲੋਕਾਂ ਦਾ ਪੂਰਾ ਸਾਥ ਮਿਲਿਆ, ਚੂੜੀ ਨੇ ਪੂਰਾ ਗੱਜ ਵੱਜ ਕੇ ਸਾਥ ਦਿੱਤਾ। ਸਭ ਲੋਕ ਹਜੇ ਵੀ ਧਰਨਾ ਚੱਲੀ ਜਾਂਦਾ, ਨਸ਼ੇ ਖਿਲਾਫ਼ ਧਰਨਾ ਲਾ ਕੇ ਫਿਰਦਾ। ਮੇਰੀ ਬਾਈ ਮੈਂ ਝੂਠ ਨਹੀਂ ਮਾਰਦਾ, ਉਹ ਪਰਚਿਆਂ ਦੀਆਂ ਤਰੀਕਾਂ ਪੈਂਦੀਆਂ, ਕੋਈ ਮੁੱਕਰ ਗਏ, ਕੋਈ ਮੈਂ ਬਰੀਦ, ਪਰਚਿਆਂ ਦੀਆਂ ਤਰੀਕਾਂ ਪੈਂਦੀਆਂ ਮੇਰੀਆਂ, ਉਹ ਪਰਚੇ ਦੇ ਤਰੀਕਾ ਪੈਣੀਆਂ ਤੇ ਚਾਰ ਹੋਰ ਬੰਦੇ ਪਾਏ ਨੇ ਪਰਚੇ ਦੇ ਵਿੱਚ। ਤਿੰਨ ਮਹੀਨੇ ਮੈਂ ਅੰਦਰ ਰਿਹਾ, ਅੰਦਰ ਰਹਿਣ ਤੇ ਮੈਂ ਕੀ ਪਤਾ ਕੀ ਦੇ ਦਿੰਦਾ, ਜਿਹੜਾ ਬਿਕੇ ਨਾ ਚੁੱਕੇ ਨਾ ਹਨਾ। ਮੈਨੂੰ ਉਦੋਂ ਬਾਅਦ ਬੀਪੀ ਦੀ ਸ਼ਿਕਾਇਤ ਹੋਣੀ, ਮੈਂ ਫਿਰ ਵੀ ਜਾਂਦਾ ਫਿਰਦਾ। ਸੋ ਆਪਾਂ ਅੱਜ ਮੈਨੂੰ ਇਹ ਪਤਾ ਹੋਇਆ ਕਮੇਟੀ ਕੀ ਫੈਸਲਾ ਲਊਗੀ, ਵੀ ਜੋ ਲੈਣਾ ਤੁਰੰਤ ਐਕਸ਼ਨ ਲਵੇ। ਅਸੀਂ ਤਾਂ ਬੇਨਤੀ ਕਰਦੇ ਅੰਦਰ ਬੈਠਾ, ਹੁਣ ਉਹ ਤਾਂ ਜੋ ਲੈ ਰਹੇ 27 ਸਾਲ ਤੋਂ ਬੈਠੇ, ਉਹਨਾਂ ਦਾ ਬਿਨਾਂ ਕੋਈ ਦੇ ਸਕਦਾ। ਦੀਪ ਸਿੱਧੂ ਬਾਈ ਸਾਡਾ ਚੱਲ ਗਿਆ, ਅਸੀਂ ਦੀਪ ਦੇ ਜਗਾਏ ਹੋਏ ਦੀਵੇ ਆ, ਹਜ਼ਾਰ ਲਾ ਕੇ ਜਾਵਾਂਗੇ। ਸਾਡਾ ਅੰਮ੍ਰਿਤ ਪਾਲ ਸਾਨੂੰ ਜਗਾ ਗਿਆ, ਫੇਰ ਬਾਹਰ ਆਊਗਾ। ਕਿੰਨਾ ਚਿਰ ਸਰਕਾਰਾਂ ਰੱਖ ਲੈਣੀਆਂ, ਲੱਖਾਂ ਆਉਣਗੇ। ਕਿੰਨਾ ਸਿੱਖ ਜਾ ਗਿਆ, ਤੇ ਬਾਈ ਲੰਗਰ ਲਾਇਆ ਮੁੰਡਿਆਂ ਨੇ, ਜਿਹੜੇ ਲੰਗਰ ਛੱਡਣਾ ਹੋ ਛੱਡਿਓ, ਤੇ ਬਾਈ ਬਣ ਕੇ ਜਾਇਓ ਨਾ, ਕਾਹਲੀ ਨਾ ਕਰਿਓ, ਸਭ ਨੂੰ ਸੁਣ ਕੇ ਜਾਇਓ, ਆਪਦਾ ਪੂਰਾ ਸਮਰਥਨ ਦਿਓ। ਤੇ ਜਿੱਥੇ ਤੁਹਾਨੂੰ ਕਮੇਟੀ ਕਹੂਗੀ, ਮੈਂ ਤਾਂ ਕਮੇਟੀ ਨੂੰ ਬੇਨਤੀ ਕਰੂੰਗਾ ਕਿ ਸੰਗਰੂਰ ਘੇਰ ਲਓ, ਭਗਵੰਤ ਮਾਨ ਦੀ ਕੋਠੀ ਦਾ ਘਰਾਹ ਕਰੋ। ਕਿਉਂ ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ, ਮੈਨੂੰ ਪਤਾ ਅੱਜ
ਅੱਜ ਮੀਟਿੰਗ ਕਰਾਂਗੇ, 10 ਦਿਨਾਂ ਬਾਅਦ ਮੀਟਿੰਗ ਕਰਾਂਗੇ, 14 ਦਿਨਾਂ ਬਾਅਦ ਮੀਟਿੰਗ ਕਰਾਂਗੇ। ਇਹ ਗੱਲ ਮੂੰਹ ਹੋ ਜਾਂਦੀ ਹੈ, ਅਫਸਰਾਂ ਨਾਲ ਗੱਲਾਂ ਹੋ ਜਾਂਦੀਆਂ ਨੇ, ਲੋਕਾਂ ਦੀ ਕੋਈ ਸੁਣਦਾ ਨਹੀਂ। ਜੋ ਤੁਸੀਂ ਦਿਲ ਚ ਲੈ ਕੇ ਆਏ ਹੋ, ਐਡਾ ਵੱਡਾ ਹੜ ਆਇਆ ਮੇਰੇ ਵੱਲ ਵੀ ਆਇਆ ਸੀ, ਮੈਂ ਦੇਖ ਵੀ ਸਕਿਆ। ਮੈਂ ਤੁਹਾਡਾ ਧੰਨਵਾਦ ਆ ਕੱਲੇ ਕੱਲੇ ਬੰਦੇ ਦਾ। ਤੁਹਾਡੇ ਦਿਲ ਦੀ ਗੱਲ ਦੱਸੋ, ਸੰਗਰੂਰ ਜੀ ਕੇ ਠੀਕ ਧਿਰਨੀ ਆ ਨਾ ਭਗਵੰਤ ਮਾਨ ਜੀ, ਹੱਥ ਖੜੇ ਕਰ ਦੋ ਕੱਲਾ ਕੱਲਾ ਬੰਦਾ। ਫੇਰ ਹੈ ਹੁਣ ਨਹੀਂ ਆਈ ਹੋਈ ਚੱਲੋ, ਇੱਥੇ ਹਾਂ ਕਰ ਲਓ, ਇੱਥੇ ਹਾਂ ਕਰ ਲਓ, ਉਹ ਅੰਦਰ ਬੈਠਾ ਸੁਣੀ ਜਾਓ, ਹੋਰ ਮੌਕੇ ਪਾ ਲਓ। ਸਿੱਧੀ ਭਗਵੰਤ ਮਾਨ ਦੀ ਕੋਠੀ ਘੇਰੋ, ਪੂਰੀ ਟੀਮ ਨੂੰ ਬੇਨਤੀ ਕਰਦਾ ਕਿ ਉਸ ਗੱਲ ਤੇ ਗੌਰ ਕਰਨ, ਖਿਆਲ ਰੱਖਣ, ਬਿਨਾਂ ਸ਼ਰਤਾਂ ਦੇ ਹਾਰ ਲਾ ਕੇ ਲਿਆਓ। ਭਾਨਾ ਜਿਹੜਾ ਦੇ ਘਰ ਵਾਸਤੇ ਲੜਨਾ ਸੀ, ਕਰੋੜਾਂ ਰੁਪਇਆ ਪਵਾ ਗਿਆ। ਗੱਲਾਂ ਦੇਖ ਲਓ, ਉਹਦੇ ਤੇ 325,000 ਰੁਪਏ ਇਹਨੂੰ ਸ਼ਰਮ ਨਹੀਂ ਆਉਂਦੀ ਬੱਚਿਆਂ ਨੂੰ। ਮੁਸਲਮਾਨਾਂ ਦੇ ਰਾਜ ਚ ਮੁਸਲਮਾਨ ਮਿਲੇ ਤੇ ਰਾਜ ਚ ਮਲੇਰਕੋਟ ਨੇੜੇ ਕਲਾਬ ਨੇ ਹਾਰਾ ਨਾਰਾ ਮਾਰਿਆ ਸੀ। ਇਹ ਬੰਦਰਾਂ ਤੋਂ ਕੋਈ ਹਾਰਾ ਨਾਰਾ ਵੀ ਨਹੀਂ ਮਾਰਦਾ। ਖਿਦੜਿਆਂ ਦੀ ਸਰਕਾਰ ਹੈ, ਮਰਦ ਹਾਰਾ ਨਾਰਾ ਮਾਰਦੇ ਹੁੰਦੇ। ਮੈਨੂੰ ਸਿੱਧੋ ਮਰਵਾ ਲਓ, ਗੋਲੀ ਮਰਵਾ ਲਓ, ਮੈਂ ਨਹੀਂ ਚੁੱਪ ਕਰਦਾ ਨਾ ਭਾਂਡਾ ਵੀ ਕਰਨਾ। ਪਰ ਸਮਝੌਤਾ ਕਰੀ ਲੋਕ ਸਮਝੌਤਾ ਕਰ ਜਾਂਦੇ। ਸੋ ਆਪਾਂ ਨੂੰ ਡੱਟ ਕੇ ਭਾਂਡੇ ਦਾ ਸਾਥ ਦੇਣਾ ਚਾਹੀਦਾ, ਭਾਂਡੇ ਦੇ ਪਰਿਵਾਰ ਦਾ ਸਾਥ ਦੇਣਾ ਚਾਹੀਦਾ। ਜਿੰਨਾ ਛੇਤੀ ਆਪਾਂ ਕਰਮ ਕਰਾਂਗੇ, ਹੁਣ ਆਪਾਂ ਬਹਿ ਕੇ ਬੋਲਦੇ ਅੰਮ੍ਰਿਤ ਮਾਲ ਵਾਲੀ ਚੁੱਪ ਕਰਕੇ ਬਾਈ ਵੀਰ ਸਿੱਧੂ ਰੋਂਦਾ ਰਿਹਾ ਸੁਣ ਕੇ। ਜੇ ਬਾਈ ਸਿੱਧੂ ਹੋਏ ਉਹਦੀ ਗੱਲ ਸੁਣੀ ਹੁੰਦੀ ਆ। ਹੁਣ ਮੈਨੂੰ ਦੱਸੋ, ਹੱਥ ਖੜੇ ਕਰਕੇ ਦੀਪ ਸਿੱਧੂ ਗੁਰਦਾਸ ਕੇ ਜੋਲਾ ਸੀ, ਜੋਲਾ ਸੀ, ਜੋਲਾ ਸੀ, ਜੋਲਾ ਸੀ, ਹਜ਼ਾਰ ਦੀਪ ਲਗਾ ਗਿਆ। ਸੋ ਮੈਂ ਮਾਫੀ ਮੰਗਦਾ, ਮੈਂ ਤੋਂ ਭਾਰਤ ਦੇ ਸੱਚ ਬੋਲਿਆ ਜਾਂਦਾ, ਕਿਉਂਕਿ ਮੈਨੂੰ ਲੱਖਾਂ ਫੋਨ ਸੀ। ਮੈਂ ਸਾਰੀ ਸਿੱਖ ਸੰਗਤ ਨੂੰ ਜੋ ਮੇਰੇ ਨਾਲ ਵਾਅਦੇ ਕਰਕੇ ਆਏ ਸੀ, ਸਾਡੇ ਬੰਦੀ ਸਿੰਘ ਰਿਹਾ ਕਰੋ 27-27 ਸਾਲਾਂ ਤੋਂ, ਸਾਡੇ ਬਾਈ, ਮੈਂ ਪੂਰੀ ਟੀਮ ਨੂੰ ਭਾਨੇ ਸਿੱਧੂ ਜੀ ਦੇ ਲੱਖੇ ਵਿੱਚ ਕਹਿਣਾ ਸਪੈਸ਼ਲ ਵੀ ਬਾਈ ਖੁਦ ਮੋਨੋਰੇਟ ਕਰੋ, ਜਿੰਨੀ ਛੇਤੀ ਹੋਊਗੀ ਬਿਨਾਂ ਸ਼ਰਤਾਂ ਤੋਂ ਰਿਹਾ ਕਰਕੇ। ਮੈਂ ਕੋਈ ਬਿਨਾਂ ਸ਼ਰਤੋਂ ਤੋਂ ਰਿਹਾ ਨਹੀਂ ਹੋਇਆ ਭਾਵੋ। ਮੈਨੂੰ ਪੁੱਛੋ ਆ ਕੇ, ਮੈਂ ਦੱਸੂ, ਮੈਂ ਤਿਆਰ ਹੋਰ ਪਹਿਲੇ ਮੇਰੇ ਪਰਚੇ ਹਲੇ ਕੈਂਸਲ ਨਹੀਂ, ਮੈਂ ਤਰੀਕਾ ਮੁਕਤਾ ਸਾਹ ਲਿਖਾ। ਮੇਰੇ ਨਾਲ ਨਾਮ ਹੈ ਆਹ ਬੈਠਾ ਪੁੱਛੋ, ਆਹ ਗੁਰਦੀਪ ਜੀ ਆ, ਉਹ ਪਟਵਾਰੀ, ਉਹ ਸੁਖੀ, ਉਹ ਕਾਸ਼ ਦੀ ਬੋਲੇ, ਜਿੰਨੇ ਮੇਰੀ ਟੀਮ ਆਈ ਹੈ ਗੰਗਾ ਨਗਰ ਰਾਜਸਥਾਨ ਚ ਕਰਾਓ, ਮੇਰੇ ਕਹੇ ਤੋਂ ਜੈਤੋਂ ਤੋਂ ਮੈਂ ਨਾਮ ਨਹੀਂ ਲੈ ਸਕਦਾ, ਇਕੱਲੇ ਇਕੱਲੇ ਬੋਲੇ ਮੈਂ ਸਾਡਾ ਧੰਨਵਾਦੀਆਂ ਬਾਈ ਬਣਾ ਲਿਆ, ਕਿਉਂਕਿ ਇਹ ਸਾਂਝਾ ਕੰਮ ਹੈ। ਹੁਣ ਗੁੱਸਾ ਨਾ ਕਰਿਆ ਕਰੋ, ਮੈਂ ਆਪਣੀ ਟੀਮ ਦੇ ਨਾਲ ਆਈਪੀ ਲੱਗ ਟਾਸਕ ਫੋਰਸ ਜਿੰਦਾਬਾਦ, ਭਾਨਾ ਸਿੱਧੂ ਜਿੰਦਾਬਾਦ, ਭਾਨਾ ਸਿੱਧੂ ਜਿੰਦਾਬਾਦ।
ਸੋਹਣ ਮੈਂ ਬੋਲਦਾ ਮਾਫੀ ਸੋ ਬੋਲੇ।